ਐਂ ਲੱਗਦਾ ਵੀ ਸਕੋਰਪੀਓ ਚਲਾ ਰਿਹਾ ਬੰਦਾ ਨਾ। ਹਾਂ ਸਕੋਰਪੀਓ ਚਲੋ ਤਬੀ ਸਾਰੇ ਦੇ ਥੱਲੇ ਸਟੀਲ ਆਪਾਂ ਯੂਜ਼ ਕਰਦੇ ਆ ਐਸਐਸ ਸਾਰੀ ਠੀਕ ਹੈ। ਜੇ ਆਪਾਂ ਮੰਨ ਲਾ ਮਜ਼ਾਕ ਦੇ ਚ ਗੱਲ ਕਰੀਏ ਹਨਾ ਵੀ ਆ ਕੈਬਨ ਜੇ ਬਹਿ ਕੇ ਕਣਕ ਵੱਢਣ ਦਾ ਨਜ਼ਾਰਾ ਜਿਹਾ ਵੱਖਰਾ ਹੀ ਹੁੰਦਾ ਨਾ। ਜੇ ਤੁਸੀਂ ਅੱਜ ਤੱਕ ਕਿਤੇ ਦੇਖੇ ਨਾ ਹੁਣ ਦੇਖੋ ਕਹਿੰਦੇ ਸਮਾਨ ਲਾਏ ਆ ਨਹੀਂ ਹੁੰਦਾ ਸਾਡੇ ਪਿੰਡ ਮੰਨ ਲਾ ਕਿਲੋਮੀਟਰ ਪਿੱਛੋਂ ਮਸ਼ੀਨ ਆਉਂਦੀ ਤੇ ਕੰਕ ਕੰਕ ਕਰ ਲਓ ਜੀ ਆਪਾਂ ਕੈਬਨ ਦੇ ਵਿੱਚ ਐਂਟਰੀ ਲੈ ਲਈਏ। ਇਹ ਸਿੰਪਲ ਕਟਰ ਆ ਇਹਦੇ ਨਾਲ ਇੱਕ ਅਟੈਚਮੈਂਟ ਲੱਗ ਜਾਂਦੀ ਹੈਗੀ ਇਹ ਸਾਰਾ ਇਹ ਲੱਗਿਆ ਹੋਇਆ ਹੈਗਾ ਚਾਬੀਆਂ ਪਾਣੇ ਲੈ ਕੇ ਤੁਹਾਨੂੰ ਨੇੜੇ ਆਉਣ ਦੀ ਲੋੜ ਨਹੀਂ ਬਸ ਯਾਰ ਹੈਗਾ ਮੇਰਾ ਜੀ ਕਰਦਾ ਵੀ ਇੱਕ ਦਿਨ ਬਾਹਲਾ ਚਿਰ ਤਾਂ ਨਹੀਂ ਮੈਂ ਵੱਢ ਸਕਦਾ ਪੰਜ ਸੱਤ ਗੇੜੇ ਜ਼ਰੂਰ ਲਾ ਦੂੰ। ਬਿਲਕੁਲ ਆਇਓ ਤੁਸੀਂ ਆਪਾਂ ਚੱਲਾਂਗੇ। ਕੈਬਨ ਬਹੁਤ ਸ਼ਾਨਦਾਰ ਬਣਾਇਆ ਜੀ। ਕੈਬਨ ਤੁਹਾਨੂੰ ਦਿਖਾਉਂਦੇ ਆ ਜੀ ਆ ਜਾਓ ਓਪਨ ਕਰੋ ਤੁਸੀਂ ਠੀਕ ਹੈ ਤੇ ਪ੍ਰੋਪਰ ਜੈਕ ਲਾਏ ਆ ਅੰਦਰੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਐਦਾਂ ਇਹ ਤੁਸੀਂ ਦੇਖ ਸਕਦੇ ਹੋ ਇਹਨੂੰ ਆ ਬੜੇ ਹੀ ਐਡਵਾਂਸ ਫੀਚਰਾਂ ਦੇ ਨਾਲ ਆਈ ਹੈ ਵੀ ਇਹ ਜੇ ਫੀਚਰ ਤੁਹਾਨੂੰ ਦੱਸਣੀ ਬਹੁਤ ਜ਼ਬਰਦਸਤ ਹਿੱਸਾ ਲਾਇਆ ਹੈ ਜੀ ਜਿਹੜਾ ਪੂਰੀ ਮਸ਼ੀਨ ਇਹ ਹਰ ਜਗ੍ਹਾ ਤੋਂ ਫੋਲਡੇਬਲ ਆ ਜੀ ਠੀਕ ਹੈ ਕੋਈ ਵੀ ਅੱਛਾ ਇਹ ਮਸ਼ੀਨ ਖੜੀ ਸਰੋਂ ਵੱਢ ਦੂਗੀ ਖੜੀ ਸਰੋਂ ਵੱਢ ਕੇ ਜੀ ਜਿੱਦਾਂ ਪਹਿਲਾਂ ਟਾਈਮ ਹੁੰਦੇ ਸੀ ਤੁਹਾਨੂੰ ਪਤਾ ਹੋਊਗਾ ਡਰਮ ਬਦਲਦੇ ਹੁੰਦੇ ਸੀ ਬਿਲਕੁਲ ਬਿਲਕੁਲ ਮਸ਼ੀਨ ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਹਾਂ ਮਲੇਰਕੋਟਲੇ ਦਸ਼ਮੇਸ਼ ਗਰੁੱਪ ਜਿਹੜਾ ਕਿ ਤੁਹਾਨੂੰ ਪਤਾ ਹੈ ਕਿਸਾਨਾਂ ਲਈ ਇੰਪਲੀਮੈਂਟ ਹਾਰਵੈਸਟਰ ਬਹੁਤ ਜਿੰਨੇ ਵੀ ਇੰਪਲੀਮੈਂਟਸ ਆ ਹਰ ਇੱਕ ਤਰ੍ਹਾਂ ਦੇ ਇੰਪਲੀਮੈਂਟ ਇਹ ਬਣਾਉਂਦੇ ਅਤੇ ਸਭ ਤੋਂ ਅਲੱਗ ਅਤੇ ਅਲੱਗ ਇਹਨਾਂ ਦੀ ਕੁਆਲਿਟੀ ਹੁੰਦੀ ਹੈ। ਅੱਜ ਜੋ ਤੁਸੀਂ ਦੇਖ ਰਹੇ ਹੋ ਇਹ ਹਾਰਵੈਸਟਰ ਜਿਹੜੀ ਕਿ ਬੜੇ ਹੀ ਐਡਵਾਂਸ ਫੀਚਰਾਂ ਦੇ ਨਾਲ ਆਈ ਹੈ ਵੀ ਇਹ ਜੇ ਫੀਚਰ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ ਜਿਹੜੇ ਤੁਸੀਂ ਅੱਜ ਤੱਕ ਕਿਤੇ ਦੇਖੇ ਨਾ ਹੁਣ ਦੇਖੋ ਕਹਿ ਜੇ ਸਮਾਨ ਲਾਏ ਹੈ ਠੀਕ ਹੈ। ਹੁਣ ਪੂਰੀ ਜਾਣਕਾਰੀ ਇਹਦੀ ਸਰ ਤੋਂ ਲੈਂਦੇ ਹਾਂ ਸਰ ਬਹੁਤ ਬਹੁਤ ਸਵਾਗਤ ਹੈ ਜੀ। ਸਵਾਗਤ ਹੈ ਰਵੀ ਜੀ ਤੁਹਾਡਾ ਵੀ ਬਹੁਤ ਬਹੁਤ ਪਹੁੰਚਣ 'ਤੇ। ਅੱਜ ਆਪਾਂ ਤੁਹਾਡੇ ਲਈ ਕਿਸਾਨ ਭਰਾਵਾਂ ਲਈ ਜਿੰਨੇ ਵੀ ਵੀਡੀਓ ਦੇਖਣ ਵਾਲੇ ਮੇਰੇ ਵੀਰ ਨੇ ਹਾਂਜੀ ਸਾਰਿਆਂ ਦਾ ਪਹਿਲਾਂ ਤਾਂ ਆਪਾਂ ਵੀਡੀਓ ਦੇ ਵਿੱਚ ਸਵਾਗਤ ਕਰਦੇ ਹਾਂ। ਥੈਂਕ ਯੂ ਜੀ। ਅੱਜ ਆਪਾਂ ਇੱਕ ਏਸੀ ਮਾਡਲ ਕੰਬਾਈਨ ਜਿਹੜੀ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਨਵੇਂ ਫੀਚਰਾਂ ਦੇ ਨਾਲ ਡਬਲ ਥਰੈਸ਼ਰ ਦੇ ਵਿੱਚ ਸਾਰੀ ਸੀਟ ਮੈਡਲ ਚਾਸੀ ਦੇ ਵਿੱਚ ਇਹ ਮਸ਼ੀਨ ਬਣੀ ਹੋਈ ਆ। ਠੀਕ ਹੈ ਜੀ। ਅਤੇ ਕੀ ਮਸ਼ੀਨ ਦੇ ਫੀਚਰ ਨੇ ਤੁਹਾਨੂੰ ਦਿਖਾ ਰਹੇਗੇ। ਆਪਾਂ ਕਟਰ ਤੋਂ ਗੱਲ ਸ਼ੁਰੂ ਕਰਦੇ ਹਾਂ ਜੀ ਆਪਾਂ ਜੇ ਆਪਾਂ ਪਹਿਲਾਂ ਵੀ ਇਹਦੇ ਵਿੱਚ ਕੀ ਖਾਸੀਅਤ ਹੈ ਇਸ ਕਟਰ ਦੇ ਵਿੱਚ? ਕਟਰ ਦੇ ਵਿੱਚ ਸਰ 16 ਇੰਚੀ ਇਹਦਾ ਰੂਲਾ ਹੈਗਾ ਜੀ। ਬਾਕੀ ਸਾਰਾ ਕਟਰ ਜਿਹੜੀ ਮੇਨ ਖਾਸੀਅਤ ਆ ਵੀ ਸਾਰੇ ਦੇ ਥੱਲੇ ਸਟੀਲ ਆਪਾਂ ਯੂਜ਼ ਕਰਦੇ ਹਾਂ ਐਸਐਸ ਸਾਰੀ ਠੀਕ ਹੈ ਕਰਦੇ ਹਾਂ ਟੋਟਲੀ ਐਂਡ ਟੂ ਐਂਡ ਤੱਕ ਠੀਕ ਹੈ ਸਾਰੀ ਐਸਐਸ ਲੱਗੀ ਹੋਈ ਆ। ਓਕੇ ਮੇਨ ਫਰੰਟ ਆਗਰ ਦੇ ਉੱਤੇ ਵੀ ਜੋ ਸੈਂਟਰ ਵਾਲਾ ਹਿੱਸਾ ਹੈਗਾ ਉੱਤੇ ਵੀ ਆਪਾਂ ਐਸਐਸ ਯੂਜ਼ ਕਰ ਦਿਆਂਗੇ। ਠੀਕ ਹੈ। ਸਾਰਾ ਕਟਰ ਵਾਲ ਸਾਰੀ ਜੋ ਰੀਲ ਟਾਈਨਾਂ ਨੇ ਸਾਰੀਆਂ ਫੋਲਡੇਬਲ ਪਾਈਪਾਂ ਇਹਦੇ ਵਿੱਚ ਲੱਗੀਆਂ ਹੋਈਆਂ ਨੇਗੀਆਂ। ਠੀਕ ਹੈ ਜੀ। ਠੀਕ ਆ। ਕਟਰ ਵਾਰ ਦੇ ਉੱਤੇ ਮੋਟਰ ਲੱਗੀ ਹੋਈ ਆ। ਠੀਕ ਹੈ। ਇਹ ਆਪਣੀ 2004 ਤੋਂ ਕਟਰ ਵਾਰ ਤੇ ਮੋਟਰ ਚੱਲ ਰਹੀ ਹੈਗੀ। 2004 ਤੋਂ ਚੱਲ ਰਹੀ ਹੈ। ਚੱਲ ਰਹੀ ਆ। ਬਾਕੀ ਕਟਰ ਵੀ ਇੱਕ ਆਪਾਂ ਨਵਾਂ ਲੈ ਕੇ ਆਇਆ ਕਟਰ ਦੇ ਵਿੱਚ ਇਹ ਸਿੰਪਲ ਕਟਰ ਆ ਇਹਦੇ ਨਾਲ ਇੱਕ ਅਟੈਚਮੈਂਟ ਲੱਗ ਜਾਂਦੀ ਹੈਗੀ ਤੇ ਇਹ ਖੜੀ ਸਰੋਂ ਵੱਢਣ ਵਾਸਤੇ ਵੀ ਆਪਾਂ ਕਟਰ ਬਣਾਇਆ। ਅੱਛਾ। ਇਹ ਮਸ਼ੀਨ ਖੜੀ ਸਰੋਂ ਵੱਢ ਦੂਗੀ? ਖੜੀ ਸਰੋਂ ਵੱਢ ਕੇ ਜੀ ਜਿੱਦਾਂ ਕਣਕ ਝੋਨਾ ਟਰਾਲੀ ਦੇ ਵਿੱਚ ਆਪਾਂ ਹਾਂਜੀ ਉਸੇ ਤਰ੍ਹਾਂ ਸਰੋਂ ਵੱਢ ਲੱਗ ਜਾਣੀ ਆ ਥੋੜਾ ਲੰਬਾ ਹੋ ਜਾਣਾ ਕਟਰ ਠੀਕ ਹੈ ਰੀਲ ਦੇ ਵਿੱਚੋਂ ਇਹ ਤਿੰਨ ਪਾਈਪਾਂ ਖੁੱਲ ਜਾਣੀਆਂ ਨੇ। ਬਸ ਇੰਨਾ ਹੀ ਕੰਮ ਹੈ। ਇੰਨਾ ਹੀ ਕੋਈ ਲੰਮਾ ਚੌੜਾ ਕੰਮ ਨਹੀਂ। ਕੋਈ ਜ਼ਿਆਦਾ ਵੱਡਾ ਕੰਮ ਠੀਕ ਹੈ ਠੀਕ ਹੈ। ਤੁਸੀਂ ਅਟੈਚਮੈਂਟ ਖੋਲਣੀ ਆ ਅਟੈਚਮੈਂਟ ਖੋਲ ਕੇ ਦੂਸਰੀ ਕੱਸ ਦੇਣੀ ਹੈਗੀ ਠੀਕ ਹੈ। 10-20 ਮਿੰਟ ਨਾਲੋਂ ਥੋੜਾ ਸਮਾਂ ਜ਼ਿਆਦਾ ਲੱਗੂਗਾ। ਚਲੋ ਮੰਨ ਲਓ ਅੱਧਾ ਘੰਟਾ ਲਾ ਘੰਟਾ ਲਾ ਲਓ 2 ਘੰਟੇ ਲਾ ਲਓ ਇਹ ਤਾਂ ਮੰਨ ਲਓ ਵੀ ਜਦੋਂ ਬੰਦਾ ਕਰਨ ਲੱਗ ਜਾਂਦਾ ਫਿਰ ਦੇਖੋ ਵੀ ਫਿਰ ਤਾਂ ਕੰਮ ਖਤਮ ਹੋ ਜਾਂਦਾ। ਪਤਾ ਕੀ ਹੁੰਦਾ ਜਦੋਂ ਮੰਨ ਲਓ ਹੁਣ ਐਡੀ ਵੱਡੀ ਆਪਾਂ ਮਸ਼ੀਨ ਲੈਣੇ ਆ ਬਿਲਕੁਲ ਉਹ ਬੰਦਾ ਇਹ ਸੋਚ ਕੇ ਲੈਂਦਾ ਯਾਰ ਵੀ ਇਹ ਸਾਰੇ ਕੰਮ ਕਰੇ ਕਰੇ ਜੀ ਜਿੰਨੇ ਵੀ ਆਪਣੇ ਫਸਲਾਂ ਸਾਰੀ ਤਰ੍ਹਾਂ ਦੀ ਕ੍ਰੋਪ ਨੂੰ ਕੱਟੇ ਇਹ ਤਾਂ ਉਹਦੀ ਖਾਤਰ ਅੱਗੇ ਪਹਿਲਾਂ ਟਾਈਮ ਹੁੰਦੇ ਸੀ ਤੁਹਾਨੂੰ ਪਤਾ ਹੋਊਗਾ ਡਰਮ ਬਦਲਦੇ ਹੁੰਦੇ ਸੀ। ਬਿਲਕੁਲ ਬਿਲਕੁਲ। ਮਸ਼ੀਨ ਦੇ ਉੱਤੇ ਦੇਖੋ ਇਨਵੈਸਟਮੈਂਟ ਕਾਫੀ ਆ ਜਾਂਦੀ ਹੈਗੀ। ਮਸ਼ੀਨ ਤੇ ਇੰਨੀ ਇਨਵੈਸਟਮੈਂਟ ਲਾ ਕੇ ਕੋਈ ਕਣਕ ਦੇ ਵਿੱਚ ਤਾਂ ਹੁਣ ਸੀਜ਼ਨ ਹੀ ਜਿਹਨੇ ਲੋਕਲ ਲਗਾਣਾਗਾ ਇੱਕ ਹਫਤੇ ਦਾ ਸੀਜ਼ਨ ਰਹਿ ਗਿਆ। ਬਿਲਕੁਲ। ਤੇ ਬੰਦਾ ਚਾਹੁੰਦਾ ਵੀ ਆਪਾਂ ਚਲੋ ਇੰਨੇ ਪੈਸੇ ਵੀ ਲਾਏ ਨੇ ਲੋਨ ਵਗੈਰਾ ਵੀ ਕਾਫੀ ਵੱਡੇ ਹੋ ਜਾਂਦੇ ਨੇ ਇਹਨਾਂ ਦੇ ਠੀਕ ਹੈ ਉਹਦੀ ਇੰਸਟਾਲਮੈਂਟ ਜੋ ਕੱਢਣੀ ਥੋੜੀ ਆਸਾਨ ਹੋ ਜੇ ਤਾਂ ਆਪਾਂ ਹੁਣ ਲੈਣ ਹੀ ਲੱਗੇ ਆ ਥੋੜੀ ਗੱਲ ਹੋਰ ਆ ਗਈ ਆਪਾਂ ਅਟੈਚਮੈਂਟ ਇਹਦੇ ਸਾਰੇ ਫੀਚਰ ਕੰਪਲੀਟ ਲੈ ਲਈਏ। ਬਿਲਕੁਲ ਬਿਲਕੁਲ ਆਹੀ ਮੇਰਾ ਕਹਿਣ ਦਾ ਮਤਲਬ ਮਸ਼ੀਨ ਆ ਗਈ ਇਹ ਇਹਦੇ ਵਿੱਚ ਸਰੋਂ ਵਾਲੇ ਕਟਰ ਦੀ ਵੀ ਅਟੈਚਮੈਂਟ ਨਾਲ ਆ ਫੋਰ ਵੀਲ ਵੀ ਹੈਗੀ ਹੈ ਡਬਲ ਥਰੈਸ਼ਰ ਵੀ ਆ ਬਾਕੀਆਂ ਨਾਲੋਂ ਜ਼ਿਆਦਾ ਕੰਮ ਕਰਦੀ ਆ ਇਹ ਡਬਲ ਜੋ ਥਰੈਸ਼ਰ ਆਪਾਂ ਮਸ਼ੀਨ ਬਣਾਈ ਹੈ ਇਹ ਆਪਣੇ ਪਿਛਲੇ 2 ਸਾਲਾਂ ਤੋਂ ਫੀਲਡ ਦੇ ਵਿੱਚ ਇਹ ਮਸ਼ੀਨਾਂ ਚੱਲ ਰਹੀਆਂ ਨੇ ਕਸਟਮਰਸ ਦੇ ਕੋਲ ਆਪਣੇ ਪਲਾਂਟ ਦੇ ਨੇੜੇ ਹੀ ਮਲੇਰਕੋਟਲੇ 'ਚ ਆਪਣਾ ਪਲਾਂਟ ਆ ਰਾਏਕੋਟ ਦੇ ਵਿੱਚ ਆਲਰੇਡੀ ਇਹ ਮਸ਼ੀਨਾਂ ਚੱਲ ਰਹੀਆਂ ਨੇ ਡਬਲ ਥਰੈਸ਼ਰ ਮਸ਼ੀਨਾਂ। ਤੇ ਹੋਰ ਆਪਣੇ ਜੀ ਇਹ ਮਸ਼ੀਨ ਬਾਰੇ ਦੱਸੋ ਤੁਸੀਂ ਆਪਣੇ ਦਿਖਾ ਦਿੰਦੇ ਹੋ ਉਧਰੋਂ ਮਸ਼ੀਨ ਆ ਜੋ ਆਪਾਂ ਸਾਰੀ ਦਿਖਾਉਂਦੇ ਆ ਜੀ। ਬਾਕੀ ਅੱਗੇ ਫੀਡਰ ਆ ਗਿਆ ਫੀਡਰ ਦੇ ਵਿੱਚ ਵੀ ਤੁਹਾਨੂੰ 3 ਫੱਟੀਆਂ ਮਿਲ ਜਾਣਗੀਆਂ ਜਿੱਦਾਂ ਮੱਕੀ ਵਗੈਰਾ ਦੇ ਉੱਤੇ ਫੱਟੀ ਵੱਡੀ ਹੋਣ ਦੇ ਨਾਲ ਬੈਂਡ ਵਗੈਰਾ ਹੋ ਜਾਂਦੀ ਆ ਹੈਵੀ ਹੁੰਦੇ ਨੇ ਉਹਦੀ ਫਸਲ ਬਿਲਕੁਲ ਉਹਦੇ ਲਈ ਵੀ ਫੀਡਰ ਦੇ ਵਿੱਚ ਡਿਵੈਲਪਮੈਂਟ ਹੈਗੀ ਆ ਕਟਰ ਨੂੰ ਤੁਸੀਂ ਨੀਚੇ ਰੱਖ ਕੇ ਕੱਢ ਕੇ ਪਾ ਸਕਦੇ ਹੋ ਕਈ ਵਾਰ ਆਪਣਾ ਟਰਾਲਾ ਦੂਰ ਨੇੜੇ ਕਿਤੇ ਕੋਈ ਵੀ ਟਰਾਲੇ ਦੀ ਲੋੜ ਨਹੀਂ ਕਿਤੇ ਕੋਈ ਐਮਰਜੈਂਸੀ ਕੰਮ ਹੋ ਜੇ ਤੁਹਾਨੂੰ ਫੀਡਰ
ਚਾਬੀਆਂ ਪਾਨੇ ਲੈ ਕੇ ਤੁਹਾਨੂੰ ਨੇੜੇ ਆਉਣ ਦੀ ਲੋੜ ਨਹੀਂ, ਬਸ ਠੀਕ ਹੈ ਐਡਲ ਲਗਾਓ ਤੁਸੀਂ, ਉਸ ਤੋਂ ਬਾਅਦ ਇਹਨੇ ਆਪਣੇ ਆਪ ਇਦਾਂ ਕੱਟ ਹੋ ਜਾਣਾ। ਓਕੇ ਓਕੇ ਜਦੋਂ ਨੀਚੇ ਕਰੋ ਠੀਕ ਹੈ, ਕੰਮ ਤਾਂ ਦਿਨੋਂ ਦਿਨ ਆਸਾਨ ਕਰਦੇ ਜਾ ਰਹੇ। ਹਾਂਜੀ ਹਾਂ, ਇਹਦਾ ਅੱਗੇ ਉੱਪਰ ਔਗਰ ਆ ਜੂਗਾ, ਇਹ ਵੀ ਸਾਰਾ ਹਾਈਡ੍ਰੋਲਿਕ ਔਗਰ ਹੈਗਾ। ਠੀਕ ਹੈ, ਮੰਨ ਲਓ ਵੀ ਬਸ ਇੱਕ ਬਟਨ ਦੱਬੋ ਤੇ ਬਾਹਰ। ਹਾਂ, ਬਸ ਲੀਵਰ ਲੱਗਿਆ, ਲੀਵਰ ਅੱਗੇ ਕਰੋ ਤੇ ਔਗਰ ਬਾਹਰ, ਨਾਲ ਹੀ ਆਪਣਾ ਤੁਸੀਂ ਅਨਲੋਡ ਕਰਕੇ ਬੰਦ ਕਰ ਲਓ। ਹਾਂਜੀ ਠੀਕ ਹੈ, ਇਹ ਵੀ ਬਹੁਤ ਸੋਹਣੀ ਚੀਜ਼ ਹੈ, ਜਿਵੇਂ ਦਰਖਤ ਵਗੈਰਾ ਚੱਲਦੇ। ਬਿਲਕੁਲ ਬਿਲਕੁਲ, ਬਾਹਰਲੀਆਂ ਸਟੇਟਾਂ ਦੇ ਵਿੱਚ ਕਾਫੀ ਦਰਖਤ ਵਗੈਰਾ ਹੈਗੇ ਨੇ। ਨਹੀਂ, ਇਹ ਚੀਜ਼ ਬਹੁਤ ਸੋਹਣੀ ਹੈ ਜੀ, ਹੋਣੀ ਵੀ ਚਾਹੀਦੀ ਹੈ। ਦੇ ਵਿੱਚ ਪੋਲ ਵਗੈਰਾ ਆ ਗਿਆ, ਬਿਲਕੁਲ, ਤੁਸੀਂ ਆਪਣਾ ਪੁੱਠੇ ਗੇੜੇ ਲਗਾਉਣ ਦੀ ਲੋੜ ਨਹੀਂ। ਬਿਲਕੁਲ ਬਿਲਕੁਲ, ਨਹੀਂ ਨਹੀਂ, ਬਹੁਤ ਸੋਹਣਾ ਫੀਚਰ ਹੈ। ਹਾਂਜੀ ਹਾਂ, ਉੱਥੇ ਬੰਦ ਕਰਕੇ ਚਲਾ ਸਕਦੇ। ਬਿਲਕੁਲ, ਬਾਕੀ ਇਹਨੂੰ ਇਹ ਲੌਕ ਸਿਸਟਮ ਲੱਗਿਆ, ਸੀਲਡ ਓਪਨ ਕਰੋ ਤੁਸੀਂ। ਠੀਕ ਹੈ, ਤੇ ਪ੍ਰੋਪਰ ਜੈਕ ਲਾਇਆ ਹੈ। ਹਾਂਜੀ ਹਾਂਜੀ ਠੀਕ ਹੈ ਜੀ, ਤੇ ਬਾਕੀ ਇਹ ਜਿਹੜਾ ਤੁਹਾਨੂੰ ਮੈਂ ਕੀਤੀ ਸੀ ਸ਼ੀਟ ਮੈਟਲ ਦੀ, ਸ਼ੀਟ ਮੈਟਲ ਦੀ ਮਸ਼ੀਨ ਇਹ ਕਹਿ ਦਿੰਦੇ ਆਪਾਂ, ਜਿੱਦਾਂ ਪਲੇਟ ਬੋਡੀ ਕਹਿ ਦਈਏ ਪੰਜਾਬੀ 'ਚ। ਠੀਕ ਹੈ, ਇਹ ਸਾਰੀ ਇਹਨੂੰ ਸ਼ੀਟ ਮੈਟਲ ਦੀ ਆ, ਇੱਥੇ ਐਂਗਲ ਨਹੀਂ ਹੈਗੀ। ਓਕੇ, ਵੀ ਮਸ਼ੀਨ ਕਦੇ ਗੜੂ ਨਹੀਂ। ਠੀਕ ਹੈ, ਸਭ ਤੋਂ ਵੱਡਾ ਜਿਹੜਾ ਫਰਕ ਆ, ਸਾਰੀ ਦੀ ਸਾਰੀ ਮਸ਼ੀਨ ਨੀਚੇ ਇਹਦੀ ਚਾਸੀ ਜਿੰਨੀ ਵੀ ਹੈਗੀ ਆ, ਸਾਰੀ ਸ਼ੀਟ ਮੈਟਲ 'ਤੇ ਬਣੀ ਹੋਈ ਹੈ। ਠੀਕ ਹੈ, ਹਾਂਜੀ ਹਾਂ, ਓਕੇ, ਇਹਦਾ ਬਹੁਤ ਹੀ ਐਡਵਾਂਸ ਫੀਚਰ ਆ ਇਹ, ਕਿਸਾਨਾਂ ਲਈ ਬਹੁਤ ਇੱਕ ਫਾਇਦਾ। ਕਿਸਾਨਾਂ ਪਤਾ ਕੀ ਹੈ ਜੀ, ਸਾਡਾ ਵੀ ਇਹ ਮਕਸਦ ਹੁੰਦਾ ਵੀ ਕਿਸਾਨ ਦਾ ਵੱਧ ਤੋਂ ਵੱਧ ਫਾਇਦਾ ਹੋਵੇ, ਵੱਧ ਤੋਂ ਵੱਧ ਉਹ ਚੰਗੀ ਚੀਜ਼ ਲੈਣ। ਦੇਖੋ, ਆਪਣਾ ਕੋਸ਼ਿਸ਼ ਇਹ ਰਹਿੰਦੀ ਹੈ ਕਿਸਾਨਾਂ ਲਈ ਕੁਛ ਨਾ ਕੁਛ ਨਵਾਂ ਲੈ ਕੇ ਆਈਏ। ਬਿਲਕੁਲ, ਤੁਸੀਂ ਤਾਂ ਸਾਡੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋ ਹੋ ਨਾ। ਬਿਲਕੁਲ ਬਿਲਕੁਲ, ਤੁਸੀਂ ਥੋੜਾ ਨੰਬਰ ਇਹ ਹੀ ਰਹਿੰਦੀ ਹੈ ਕਿਸਾਨਾਂ ਦਾ ਕਿੱਥੋਂ ਫਾਇਦਾ ਹੋਵੇ। ਬਿਲਕੁਲ, ਕੀ ਫੀਚਰ ਪਾਏ ਜਾਣ, ਹਨਾ, ਕਿੱਦਾਂ ਚੀਜ਼ ਦੀ ਲਾਈਫ। ਬਿਲਕੁਲ ਬਿਲਕੁਲ, ਲਾਈਫ ਵੱਧ ਤੋਂ ਵੱਧ ਹੁੰਦੀ ਰਹਿੰਦਾ ਹੈ। ਬਿਲਕੁਲ, ਅੱਛਾ, ਇਹ 4 ਵੀਲ ਦਿੱਤਾ ਗਿਆ। ਹਾਂਜੀ, ਇਹ 4 ਵੀਲ ਜਿਹੜਾ ਹਿੱਸਾ ਇਹਨੂੰ ਲੱਗਿਆ ਹੋਇਆ ਹੈਗਾ, ਇਹ ਵੀ ਕਸਟਮਰ ਦੀ ਮਸ਼ੀਨ ਆ ਗਈ, ਇਹਦੀ ਵੀ ਕੱਲ ਨੂੰ ਡਿਲੀਵਰੀ ਹੈਗੀ ਆ। ਠੀਕ ਹੈ ਜੀ, ਹਾਂਜੀ, ਇਹ 4 ਵੀਲ ਹਿੱਸੇ ਨਾਲ ਉਹਨਾਂ ਨੇ ਆਪਣੇ ਸਾਰੇ ਫੀਚਰ ਲਏ ਨੇ, ਲਏ ਨੇ ਫੁੱਲ ਲੋਡ ਲਈ ਵਾਲਾ ਕਟਰ ਵੀ, ਮੱਕੀ ਵਾਲਾ ਕਟਰ ਵੀ, ਏਸੀ ਮਾਡਲ, ਉਹਨਾਂ ਨੇ ਪੂਰੇ ਕੰਪਲੀਟ ਫੀਚਰ ਲਏ ਨੇ, ਪੂਰੇ ਫੁੱਲ ਲੋਡ ਲਈ ਹੈ। ਟੌਪ ਮਾਡਲ ਲਿਆ ਹੈਗਾ। ਹਾਂਜੀ ਹਾਂਜੀ, ਠੀਕ ਹੈ ਠੀਕ ਹੈ, ਟੌਪ ਮਾਡਲ ਦੇ ਵਿੱਚ ਆ ਜਾਂਦਾ ਤੇ ਠੀਕ ਹੈ, ਅੰਦਰੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ, ਐਦਾਂ ਇਹ ਤੁਸੀਂ ਦੇਖ ਸਕਦੇ ਹੋ। ਇਹਨੂੰ ਆ ਮੋਰਨੀਆਂ ਵਗੈਰਾ ਵੀ, ਇਹ ਕਾਫੀ ਹੈਵੀ ਦਿੱਤੀਆਂ ਹੋਈਆਂ ਨੇ ਗੀਆਂ 4 ਵੀਲ ਹਿੱਸੇ ਨੂੰ। ਓਕੇ ਓਕੇ, ਸਾਰੀਆਂ ਪਲੇਟ ਦੀ ਕਟਿੰਗ ਕਰਕੇ ਲੇਜ਼ਰ ਦੇ ਨਾਲ ਸਾਰਾ ਇਹ ਸਿਸਟਮ। ਨਹੀਂ ਨਹੀਂ, ਬਹੁਤ ਜ਼ਬਰਦਸਤ ਹਿੱਸਾ ਲਾਇਆ ਹੈ ਜੀ ਜਿਹੜਾ ਲੱਗਿਆ ਹੈਗਾ। ਬਾਕੀ ਤੁਸੀਂ ਮਸ਼ੀਨ ਦੇ ਉੱਪਰ ਚੜਨਾ, ਤੁਸੀਂ ਪਿੱਛੋਂ ਦੀ ਇਹ ਵਾਲੀ ਪੌੜੀ ਦਿੱਤੀ ਹੈ, ਬਹੁਤ ਆਸਾਨੀ ਨਾਲ ਚੜ ਸਕਦੇ ਹੋ। ਸਾਈਡ ਤੇ ਨਹੀਂ ਵੱਡਾ, ਇਹਨੂੰ ਉੱਥੇ ਰੈਂਪ ਬਣਾਇਆ ਗਿਆ ਖੜਨ ਨੂੰ ਕਸਟਮਰ। ਠੀਕ ਹੈ ਠੀਕ ਹੈ ਠੀਕ ਹੈ, ਇੰਜਨ ਦੇ ਆਲੇ ਦੁਆਲੇ ਵੀ ਜਗ੍ਹਾ ਘੁੰਮਣ ਨੂੰ ਕਾਫੀ, ਕੋਈ ਕੰਮ ਕਰਨਾ ਆਸਾਨੀ ਨਾਲ ਕਰ ਸਕਦੇ ਆ ਆਪਾਂ। ਬਿਲਕੁਲ ਬਿਲਕੁਲ, ਆਪਣਾ ਉੱਥੇ ਕਾਫੀ ਸਪੇਸ ਦਿੱਤੀ ਹੋਈ। ਨਹੀਂ ਨਹੀਂ, ਸਹੀ ਹੈ ਸਹੀ ਹੈ, ਹੋਣੀ ਵੀ ਚਾਹੀਦੀ ਹੈ ਜੀ। ਇੱਥੋਂ ਵੀ ਤੁਸੀਂ ਮਾੜਾ ਸਰ ਖੋਲ ਕੇ ਦਿਖਾ ਦਿਓ ਜੀ। ਠੀਕ ਹੈ ਜੀ, ਇਹ ਐਲੀਵੇਟਰ ਆ ਗਏ ਜੀ। ਬਾਕੀ ਐਲੀਵੇਟਰ ਵੀ ਆਪਣੇ ਇਹ ਜਿੱਦਾਂ ਕੱਲੀਆਂ ਰੇਲਾਂ ਵਗੈਰਾ, ਇਹਨਾਂ ਦੀਆਂ ਸਟੇਨਲੈਸ ਸਟੀਲ ਦੀਆਂ ਨਹੀਂ ਹੈਗੀਆਂ ਜੀ, ਟੋਟਲੀ ਐਲੀਵੇਟਰ SS ਨੇ। ਠੀਕ ਹੈ, ਹਾਂ, ਕੰਪਲੀਟ ਉੱਪਰ ਤੱਕ ਸਾਰਾ ਫੋਲਡੇਬਲ ਨੇ, ਐਲੀਵੇਟਰ ਵੀ, ਪੁਲੀਆਂ ਵੀ, ਹਰ ਜਗ੍ਹਾ ਤੋਂ ਆਪਣੀ ਦਸ਼ਮੇਸ਼ ਮਸ਼ੀਨ, ਪੂਰੀ ਮਸ਼ੀਨ ਇਹ ਹਰ ਜਗ੍ਹਾ ਤੋਂ ਫੋਲਡੇਬਲ ਆ ਜੀ। ਠੀਕ ਹੈ, ਕੋਈ ਵੀ ਇਹਦਾ ਪਾਰਟ ਕੋਈ ਚੇਂਜ ਕਰਨਾ, ਤੁਹਾਨੂੰ ਇਹ ਨਹੀਂ ਹੈਗਾ ਵੀ ਸਾਰੇ ਦਾ ਸਾਰਾ ਪਾਰਟ ਖੋਲਣਾ ਪਊਗਾ, ਖੋਲਣਾ ਨਹੀਂ ਪੈਂਦਾ। ਜਿੰਨਾ ਪਾਰਟ ਕੋਈ ਡੈਮੇਜ ਹੋਇਆ ਤੁਹਾਡਾ, ਉਹਨਾਂ ਕੱਢ ਲਓ ਬਸ, ਉਹਨਾਂ ਤੁਸੀਂ ਖੋਲ ਲਓ ਥੱਲੇ, ਜਿੱਦਾਂ ਐਂਗਲ ਬੋਡੀ ਹੈਗੀ, ਸਾਰੇ ਨੀਚੇ ਕੈਂਚੀ ਜਿਹਨੂੰ ਕਹਿ ਦਿੰਦੇ ਨੇਗੇ, ਉਹ ਵੀ ਸਾਰੀ ਫੋਲਡੇਬਲ ਬਣੀ ਹੋਈ ਆ, ਪੂਛ ਵੀ ਫੋਲਡੇਬਲ ਆ, ਹਰ ਚੀਜ਼ ਇਹਦੀ ਫੋਲਡੇਬਲ ਬਣਾਈ ਗਈ ਆ। ਟੈਂਕ ਇਹਦਾ ਡੀਜ਼ਲ ਟੈਂਕ ਵੀ ਕਵਰ ਕੀਤਾ ਗਿਆ ਹੈਗਾ, ਅੰਦਰ ਦਿੱਤਾ ਹੋਇਆ ਹੈਗਾ। ਬਿਲਕੁਲ, ਬੈਟਰੀਆਂ ਵੀ ਇਹਦੀਆਂ ਅੰਦਰ ਨੇ ਗੀਆਂ। ਨਹੀਂ ਨਹੀਂ, ਬਹੁਤ ਜਮਾਂ ਜੀ, ਬਹੁਤ ਸੋਹਣੀ ਮਸ਼ੀਨ ਹੈ, ਜਿੰਨੇ ਵੀ ਕਿਸਾਨ ਭਰਾ ਦੇਖ ਰਹੇ ਆ ਵੀ, ਪੂਰਾ ਮੰਨ ਲਓ ਵੀ ਰੀਝਾਂ ਲਾ ਕੇ ਮਸ਼ੀਨ ਬਣਾਈ ਹੋਈ ਹੈ ਪੰਜਾਬੀ 'ਚ, ਆਪਾਂ ਜੇ ਪਿਓਰ ਪੰਜਾਬੀ 'ਚ ਗੱਲ ਕਰੀਏ। ਇੱਧਰ ਬੈਲਟਾਂ ਵਾਲੇ ਆਈਡਲ ਹੈ, ਇਹ ਵੀ ਆਟੋ ਐਡਜਸਟਮੈਂਟ ਆ। ਬਿਲਕੁਲ ਜੀ, ਬਿਲਕੁਲ ਬਿਲਕੁਲ, ਬਹੁਤ ਸੋਹਣੀ ਹੈ। ਤੇ ਬਾਕੀ ਹੋਰ ਕੁਛ, ਇਹ ਪ੍ਰੋਪਰ ਜਿਹੜੀ ਮਸ਼ੀਨ ਦਾ ਨਾਮ ਹੈ ਜੀ, ਉਹ ਤੁਸੀਂ ਕੀ ਰੱਖਿਆ? ਇਹਦਾ ਦੇਖੋ, ਇਹਦਾ ਨਾਮ ਦੇਖੋ ਸਰ, ਇਹ ਦਸ਼ਮੇਸ਼ ਜਿਹੜੀ ਆਪਣੀ ਹੈਗੀ, ਡਾਇਨਾਮਿਕ ਐਡੀਸ਼ਨ ਦੇ ਵਿੱਚ ਇਹਨੂੰ ਅਸੀਂ AC ਮਾਡਲ ਦੇ ਵਿੱਚ ਹੈਗੀ ਇਹ ਵਿਦਆਊਟ AC ਵੀ ਮਿਲੂ ਤੁਹਾਨੂੰ, ਡਬਲ ਥ੍ਰੈਸ਼ਰ ਦੇ ਵਿੱਚ। ਹਾਂਜੀ ਹਾਂ, ਠੀਕ ਹੈ, ਓਕੇ ਓਕੇ ਠੀਕ ਹੈ। ਬਾਕੀ ਗੇਅਰ ਵਗੈਰਾ ਇਹਨੂੰ ਸਾਰਾ ਹਾਈ ਸਪੀਡ ਆ ਜਾਂਦਾ, ਉਦਾਂ ਆਪਣਾ ਨਾਰਮਲ 'ਚ ਵੀ ਹਾਈ ਸਪੀਡ ਗੇਅਰ ਆ, ਇਹਨੂੰ ਵੀ ਆਪਾਂ ਹਾਈ ਸਪੀਡ ਗੇਅਰ ਦਿੱਤਾ, ਹੈਵੀ ਡਿਊਟੀ ਐਕਸਲਾਂ ਦੇ ਨਾਲ ਦਿੱਤਾ ਹੋਇਆ, ਠੀਕ ਹੈ, ਸਾਈਲੈਂਟ ਗੇਅਰ ਆ, ਕੋਈ ਰੋਡ 'ਤੇ ਆਵਾਜ਼ ਵਗੈਰਾ, ਆਵਾਜ਼ਾਂ ਬੂਝਾਂ ਨਹੀਂ ਕਰਦੀ, ਦਸ਼ਮੇਸ਼ ਦੀ ਪਹਿਚਾਣ ਆ ਜੀ ਪਹਿਲਾਂ ਤੋਂ ਹੀ ਸਟਾਰਟਿੰਗ ਤੋਂ, ਵੀ ਰੋਡ 'ਤੇ ਜਾਂਦੀ ਦੀ ਆਵਾਜ਼ ਨਹੀਂ ਆਉਂਦੀ ਗੇਅਰ ਦੀ। ਨਹੀਂ ਹੁੰਦਾ, ਸਾਡੇ ਪਿੰਡ ਮੰਨ ਲਾ ਕਿਲੋਮੀਟਰ ਪਿੱਛੋਂ ਮਸ਼ੀਨ ਆਉਂਦੀ ਤੇ ਕੰਕ ਕੰਕ ਕਰਦੀ, ਇਹਦਾ ਸਰ ਤੁਹਾਨੂੰ ਨੇੜੇ ਆਈ ਦਾ ਹੀ ਪਤਾ ਲੱਗ ਜਾਂਦਾ, ਉਦੋਂ ਸਾਨੂੰ ਪਤਾ ਲੱਗ ਜਾਂਦਾ ਵੀ ਮਿੱਤਰੋ ਮਸ਼ੀਨ ਆਉਂਦੀ ਹੈ ਕੋਈ ਨਾ ਕੋਈ। ਜਿਹੜੇ ਆਲਰੇਡੀ ਕਸਟਮਰ ਦਸ਼ਮੇਸ਼ ਦੇ ਹੈਗੇ ਨੇ, ਜਿਨ੍ਹਾਂ ਕੋਲ ਹੈਗੀਆਂ ਵੀ ਨੇਗੀਆਂ, ਅੱਛਾ, ਉਹਨਾਂ ਤੋਂ ਵੀ ਤੁਸੀਂ ਫੀਡਬੈਕ ਲੈ ਸਕਦੇ ਹੋ ਉਹਨਾਂ ਦਾ। ਨਹੀਂ ਬਿਲਕੁਲ, ਦਸ਼ਮੇਸ਼ ਦੀ ਕੋਈ ਆਵਾਜ਼ ਵਗੈਰਾ ਦੂਰੋਂ ਰੋਡ ਦੇ ਉੱਤੋਂ ਨਹੀਂ ਆਊ ਗੇਅਰ, ਠੀਕ ਹੈ, ਹਾਈ ਸਪੀਡ ਗੇਅਰ ਆ, ਤੁਹਾਨੂੰ ਕੋਈ ਪੁਲੀ ਵਗੈਰਾ ਚੇਂਜ ਕਰਨ ਦੀ ਜ਼ਰੂਰਤ ਨਹੀਂ ਹੈਗੀ ਇਹਦੇ ਵਿੱਚ। ਤੇ ਹੁਣ ਕੁਛ ਹੋਰ, ਇੱਕ ਅਗਰ ਉਹ ਕੀ ਲੱਗਿਆ
ਸ਼ਾਨਦਾਰ ਗੇਅਰ ਹੀ ਬੜਾ ਸ਼ਾਨਦਾਰ ਲਾਇਆ ਜੀ। ਇਹ ਸਕਰੀਨ ਲੱਗੀ ਹੈ, ਬੈਕ ਕੈਮਰਾ ਲੱਗਿਆ ਹੋਇਆ ਮਸ਼ੀਨ ਦੇ ਉੱਪਰ, ਠੀਕ ਹੈ, ਕਿਉਂਕਿ ਏਸੀ ਕੈਬਨ ਦੇ ਵਿੱਚ ਤੁਸੀਂ ਜਿੱਦਾਂ ਆਮ ਸਿੰਪਲ ਆਪਣੇ ਡਰਾਈਵਰ ਉੱਪਰ ਉੱਠ ਕੇ ਦੇਖ ਲੈਂਦੇ ਨੇ ਬੈਕ ਕਰ, ਸਾਈਡ ਗਲਾਸ ਵੀ ਲੱਗੇ ਹੋਏ ਨੇ, ਬਿਲਕੁਲ, ਬਟ ਇਹਦੇ ਵਿੱਚ ਤੁਹਾਨੂੰ ਆਪਾਂ ਸਕਰੀਨ ਦਿੱਤੀ ਹੋਈ, ਨਹੀਂ ਨਹੀਂ ਬਹੁਤ ਵਧੀਆ, ਇਹਦੇ ਵਿੱਚ ਜੀਪੀਐਸ ਸਿਸਟਮ ਦਿੱਤਾ ਹੋਇਆ, ਕਸਟਮਰ ਦੀ ਆਈਡੀ ਬਣੂਗੀ ਮੋਬਾਈਲ ਤੇ, ਠੀਕ ਹੈ, ਉਹ ਆਪਣੀ ਮਸ਼ੀਨ ਨੂੰ ਕਿਤੇ ਵੀ ਜਾਂਦੀ ਦੇਖਣੀ ਚਾਹੁੰਦਾ ਹੋਵੇ ਦੇਖ ਸਕਦਾ, ਹਾਂ ਦੇਖ ਸਕਦਾ ਹੈਗਾ, ਠੀਕ ਹੈ, ਐਫ ਐਮ ਵਗੈਰਾ ਸਾਰਾ ਇਹਦੇ ਨਾਲ ਉੱਪਰ, ਸਾਰਾ ਮਿਊਜ਼ਿਕ ਸਿਸਟਮ ਸਭ ਕੁਝ, ਫੁੱਲ ਲੋਡਡ ਕੈਬਨ ਹੈ ਜੀ, ਪੂਰਾ ਸ਼ਾਨਦਾਰ ਕੈਬਨ ਬਣਾਇਆ ਹੈਗਾ, ਦੇਖੋ ਇਹ ਸਾਰਾ ਇੱਥੋਂ ਏਸੀ ਚੱਲਦੇ, ਬਿਲਕੁਲ ਬਿਲਕੁਲ ਬਿਲਕੁਲ, ਇਹ ਸਾਰੇ ਏਸੀ ਦੇ ਫੀਚਰ ਆ ਗਏ, ਨਹੀਂ ਨਹੀਂ ਆਉਣ ਵਾਲੇ ਟਾਈਮ ਦੀ ਜ਼ਰੂਰਤ ਹੈ ਜੀ ਇਹ ਚੀਜ਼ਾਂ, ਤੇ ਬਹੁਤ ਜ਼ਰੂਰੀ ਵੀ ਹੈ ਤੇ ਚੰਗੀ ਤੋਂ ਚੰਗੀ ਚੀਜ਼ ਹੋਵੇ, ਸੀਟ ਵੀ ਇਹਨੂੰ ਇਹ ਜਿਹੜੀ ਦਿੱਤੀ ਗਈ ਹੈ ਆਪਣੀ ਇਹ ਪੂਰੀ ਫੁੱਲੀ ਸਪੈਸ਼ਲ ਸੀਟ ਲਾਈ ਹੈ, ਵੀ ਤੁਹਾਨੂੰ ਇਹ ਨਹੀਂ ਫੀਲ ਹੋਊਗਾ ਅੰਦਰ ਚਲਾਉਂਦਿਆਂ ਨੂੰ ਕੋਈ ਥਕਾਨ ਵਗੈਰਾ ਮਹਿਸੂਸ ਨਹੀਂ ਹੋਊਗਾ, ਇਹ ਐਂ ਲੱਗਦਾ ਵੀ ਸਕਾਰਪੀਓ ਚਲਾ ਰਿਹਾ ਬੰਦਾ ਨਾ, ਹਾਂ ਸਕਾਰਪੀਓ, ਚਲੋ ਸਕਾਰਪੀਓ ਲਗਾ ਲਓ ਵੀ ਜਿੱਦਾਂ ਫੋਰਨ ਕੰਟਰੀਜ਼ ਦੇ ਵਿੱਚ, ਹਾਂ ਵੀ ਫੀਲਿੰਗ ਤਾਂ ਮਰਸੀਡੀਜ਼ ਦੇ ਟਰੱਕ ਨੇ, ਪਤਾ ਕੀ ਹੈ ਵੀ ਫੀਲਿੰਗ ਬੰਦੇ ਨੂੰ ਇਹ ਨਹੀਂ ਆਊ ਵੀ ਮੈਂ ਕੰਬਾਈਨ ਚਲਾ ਰਿਹਾ, ਜਿੱਦਾਂ ਦਾ ਅੰਦਰ ਰੈਡੀ ਹੋ ਕੇ ਬੈਠੋ ਉਦਾਂ ਦਾ ਉੱਤਰ ਜਾਣਾ, ਸਹੀ ਗੱਲ ਹੈ, ਮੇਰੇ ਕੋਟ ਪਾ ਕੇ ਹਨਾ ਪਿਊਮਾ ਦੇ ਬੂਟ ਤੇ ਬਹਿ ਜਾ, ਹਾਂ ਜਿੱਦਾਂ ਤੁਸੀਂ ਰੈਡੀ ਹੋ ਕੇ ਬੈਠੋਗੇ ਉਦਾਂ ਹੀ ਉੱਤਰ ਜਾਓਗੇ, ਲੀਵਰ ਵਗੈਰਾ ਵੀ ਅੰਦਰ ਆ ਗਏ ਸਾਰੇ, ਮੈਂ ਜੇ ਆਪਾਂ ਮੰਨ ਲਾ ਮਜ਼ਾਕ ਦੇ ਗੱਲ ਕਰੀਏ ਹਨਾ ਵੀ ਆ ਕੈਬਨ ਜੇ ਬਹਿ ਕੇ ਕਣਕ ਵੱਢਣ ਦਾ ਨਜ਼ਾਰਾ ਜਿਹਾ ਵੱਖਰਾ ਹੀ ਹੁੰਦਾ ਨਾ, ਦੇਖੋ ਆਪਾਂ ਵੀਡੀਓਜ਼ ਆਉਂਦੀਆਂ ਰਹਿੰਦੀਆਂ ਨੇ ਇੰਸਟਾਗ੍ਰਾਮ ਤੇ ਵੀ YouTube ਤੇ ਵੀ, ਆਪਾਂ ਫੋਰਨ ਕੰਟਰੀਆਂ ਦੀ ਮਸ਼ੀਨ ਉਹਦਾ ਨੀਕਰਾਂ ਜੀ ਬੈਠੇ ਹੁੰਦੇ ਆ ਅਣਕਾ ਲਾ ਕੇ, ਇਹ ਵੀ ਤੁਸੀਂ ਉਦਾਂ ਹੀ ਇਹਨੂੰ ਤੁਸੀਂ ਆਪਣਾ ਜਿਵੇਂ ਤੁਸੀਂ ਇਹਨੂੰ ਚਲਾਉਣਾ ਚਾਹੋਗੇ ਵਿੱਚ ਬੈਠੋਗੇ ਉਦਾਂ ਦੀ ਉਤਰਨ, ਨਹੀਂ ਨਹੀਂ ਬਿਲਕੁਲ ਬਹੁਤ ਆ ਗਈ ਇਹਦੀ, ਬਹੁਤ ਸੋਹਣੀ ਚੀਜ਼ ਬਣਾਈ ਹੈ, ਬਾਕੀ ਜੇ ਮੈਂ ਉੱਪਰੋਂ ਤੁਹਾਨੂੰ ਮਸ਼ੀਨ ਦਿਖਾਵਾਂ ਤਾਂ ਇਦਾਂ ਦੀ ਆ ਸਾਰੀ, ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਮਸ਼ੀਨ ਬਣਾਈ ਹੈ, ਬਾਕੀ ਕੰਪਨੀ ਦੇ ਜਿਹੜੇ ਨੰਬਰ ਆ ਉਹ ਡਿਸਕ੍ਰਿਪਸ਼ਨ ਦੇ ਵਿੱਚ ਹੈਗੇ ਆ ਸਰ, ਤੁਸੀਂ ਹੋਰ ਕੋਈ ਮੈਸੇਜ ਕਿਸਾਨ ਭਰਾਵਾਂ ਨੂੰ ਦੇਣਾ, ਕਿਸਾਨ ਭਰਾਵਾਂ ਨੂੰ ਮੈਸੇਜ ਦੇਣਾ ਚਾਹਾਂਗੇ, ਵੱਧ ਤੋਂ ਵੱਧ ਹੁਣ ਤੁਸੀਂ ਮਸ਼ੀਨ ਦੀ ਪਰਚੇਜਿੰਗ ਕਰੋ ਜੀ, ਆਪਣੇ ਏਸੀ ਕੈਬਨ ਦੇ ਵਿੱਚ ਅੱਗੇ ਜੋ ਆਪਣਾ ਜ਼ਮਾਨਾ ਆ ਗਿਆ, ਬੱਚੇ ਆ ਬਿਲਕੁਲ ਬਿਲਕੁਲ ਐਡਵਾਂਸ ਆ ਗਏ ਅੱਗੇ, ਹੈ ਨਾ, ਕੋਈ ਬੰਦਾ ਆਪ ਖੁਦ ਚਲਾਉਣ ਦਾ ਜੋ ਸ਼ੌਕੀਨ ਬੰਦੇ ਨੇ ਬਿਲਕੁਲ, ਉਹ ਖੁਦ ਏਸੀ ਮਾਡਲ ਹੀ ਮਸ਼ੀਨਾਂ ਲੈ ਰਹੇ ਨੇ ਬਿਲਕੁਲ ਬਿਲਕੁਲ ਬਿਲਕੁਲ, ਬਾਕੀ ਤੁਸੀਂ ਮੈਂ ਏਸੀ ਨਹੀਂ ਵੀ ਲੈਣੀ ਤੁਹਾਨੂੰ ਇਹ ਸੁਜੈਸ਼ਨ ਦਊਂਗਾ, ਜਿੱਦਾਂ ਇਹ ਡਬਲ ਥ੍ਰੈਸ਼ਰ ਦੇ ਵਿੱਚ ਮਸ਼ੀਨ ਆ, ਇਹ ਪੂਰੀ ਸਕਸੈਸਫੁਲ ਮਸ਼ੀਨ ਆ, ਠੀਕ ਹੈ, ਬਹੁਤ ਜ਼ਿਆਦਾ ਬੁਕਿੰਗ ਹੋ ਵੀ ਰਹੀ ਹੈ ਇਸ ਮਸ਼ੀਨ ਦੀ, ਠੀਕ ਹੈ, ਕਾਫੀ ਡਿਲੀਵਰੀਆਂ ਅਸੀਂ ਹੁਣ 1 ਤੋਂ 10 ਤੱਕ ਇਹਦੀਆਂ ਕਾਫੀ ਡਿਲੀਵਰੀਆਂ ਨੇ ਦੇਣੀਆਂ ਹੈਗੀਆਂ, ਹਾਂਜੀ ਠੀਕ ਹੈ, ਤੇ ਅੱਗੇ ਵੀ ਜਿਹੜੇ ਮੇਰੇ ਕਿਸਾਨ ਭਰਾ ਕਈ ਡਰ ਜਾਂਦੇ ਨੇ ਕਿ ਵੀ ਡਬਲ ਥ੍ਰੈਸ਼ਰ ਛੱਡੋ ਨਵੀਂ ਚੀਜ਼ ਆ, ਓਕੇ, ਕਿਸਾਨ ਭਰਾਓ ਆਪਾਂ ਇਹਦੀ ਟੈਸਟਿੰਗ ਪੂਰੀ ਤਸੱਲੀ ਬਖਸ਼ ਕੀਤੀ ਹੋਈ ਹੈਗੀ, ਤੁਸੀਂ ਬੇਝਿਜਕ ਹੋ ਕੇ ਮਸ਼ੀਨਾਂ ਲਓ, 21-26 ਝੋਨੇ ਜਿੱਦੇ ਆਪਣਾ ਜਿੱਦਾਂ ਆਪਣੇ ਹਾਈਬ੍ਰਿਡ ਵੀ ਆ ਗਏ ਸਰ, ਇੱਕ ਮੈਂ ਹੋਰ ਪੁੱਛਣਾ ਚਾਹੁੰਦਾ, ਬਹੁਤ ਸਾਰੇ ਕਿਸਾਨ ਸਾਨੂੰ ਮੈਸੇਜ ਕਰਦੇ ਆ ਵੀ ਅਸੀਂ ਮਸ਼ੀਨ ਚੱਲਦੀ ਦੇਖਣੀ ਹੋਵੇ, ਉਹਨਾਂ ਚੀਜ਼ਾਂ ਦਾ ਕੀ ਹੱਲ ਹੈ ਜੀ? ਚੱਲਦੀ ਦੇਖਣੀ ਆ, ਤੁਹਾਨੂੰ ਆਪਾਂ ਇੱਕ ਵੀਡੀਓ ਵੀ ਦਿੰਦੇ ਆ ਜੀ, ਇਹਦੀ ਤੁਸੀਂ ਵਿੱਚ ਮਿਕਸਿੰਗ ਕਰ ਲਿਓ ਜੀ, ਚੱਲਦੀ ਮਸ਼ੀਨ ਹਾਈ ਆਪਣੇ ਡਬਲ ਥ੍ਰੈਸ਼ਰ ਦੇ ਵਿੱਚ ਦੇਖ ਸਕਦੇ ਹੋ ਜੀ, ਬਾਕੀ ਕਿਸੇ ਕਸਟਮਰ ਨੇ ਕੋਈ ਪੁਰਾਣੇ ਕਸਟਮਰ ਜੋ ਇਹਨੂੰ ਚਲਾ ਰਿਹਾ ਉਹਨੂੰ ਮਿਲਣਾ ਹੋਵੇ ਉਹ ਮਿਲ ਸਕਦਾ, ਉਹ ਵੀ ਆਪਾਂ ਉਹਨਾਂ ਨੂੰ ਦੱਸ ਦਿਆ ਕਰਾਂਗੇ ਜੋ ਸਾਡੇ ਕੋਲ ਵਿਜ਼ਿਟ ਕਰੂਗਾ ਜੀ ਜੀ ਜੀ, ਤੇ ਜਿਨ੍ਹਾਂ ਨੇ ਜੋ ਆਲਰੇਡੀ ਇਹਨੂੰ ਮਸ਼ੀਨ ਨੂੰ ਚਲਾ ਰਹੇ ਨੇ ਉਹਨਾਂ ਨੂੰ ਮਿਲ ਸਕਦੇ ਹੋ, ਕਿਉਂਕਿ ਸਾਨੂੰ ਐ ਹੁੰਦਾ ਨਾ ਬੰਦਾ ਵੀ ਇੰਨਾ ਪੈਸਾ ਲਾ ਰਿਹਾ ਤਸੱਲੀ ਕਰ ਲਈ ਯਾਰ ਆਪਦੀ, ਕਰਨੀ ਵੀ ਚਾਹੀਦੀ, ਕਰਨੀ ਚਾਹੀਦੀ ਹੈ, ਸਾਡਾ ਵੀ ਇਹੀ ਮੰਨਣਾ ਹੈਗਾ ਵੀ ਕਰਨੀ ਚਾਹੀਦੀ ਹੈ, ਤੇ ਬਾਕੀ ਜਦੋਂ ਤੁਹਾਡੇ ਕੋਲੇ ਕਸਟਮਰ ਪਹੁੰਚੇ ਵੀ ਉਹਨੂੰ ਵੀ ਹਾਂ ਵੀ ਤੁਸੀਂ ਦੇਖ ਸਕਦੇ ਹੋ ਚਲਦੀ ਨੂੰ, ਬਿਲਕੁਲ ਕੋਈ ਇਹਦੇ ਵਿੱਚ ਉਹ ਦੇਖੋ ਚੱਲੂਗੀ ਤਾਂ ਸੀਜ਼ਨ ਦੇ ਵਿੱਚ ਹੀ ਬਿਲਕੁਲ, ਹਾਂ ਉਹਦੇ ਉਹਦੇ ਗੱਲ ਹੁੰਦੀ ਕਸਟਮਰ ਨਾਲ ਮਿਲਵਾ ਸਕਦੇ ਬਿਲਕੁਲ ਬਿਲਕੁਲ, ਹਾਂ ਹੁਣ ਇਹ ਸੀਜ਼ਨ ਦੇ ਵਿੱਚ ਮੇਰੇ ਹਿਸਾਬ ਨਾਲ ਹਿਸਾਬ ਨਾਲ ਵੀ 100 ਤੋਂ ਵੀ ਪਲੱਸ ਇਹ ਚੱਲਣਗੀਆਂ ਕੰਮ ਇਹਨਾਂ ਡਬਲ ਓਕੇ ਓਕੇ, ਫਿਰ ਤਾਂ ਥਾਂ ਥਾਂ ਦੀ ਮਿਲ ਜਾਣੀ ਆਪਾਂ ਨੂੰ ਕਿਤੇ ਮਰਜ਼ੀ ਆਪਾਂ, ਬਾਕੀ ਜਿੰਨੇ ਵੀ ਕਿਸਾਨ ਭਰਾ ਤਾਂ ਲੈ ਹੀ ਡਬਲ, ਹੁਣ ਮੇਰੀ ਜਿੱਦਾਂ ਆਪਾਂ ਗੱਲ ਕਰੀਏ ਦੀ ਸੇਲ ਦੀ, ਹੁਣ 100 ਪਿੱਛੇ 95 ਡਬਲ ਥ੍ਰੈਸ਼ਰ ਹੀ ਬੁਕਿੰਗ ਹੋ, ਬਾਕੀ ਜਦੋਂ ਜੀ ਇੰਨੀਆਂ ਮਸ਼ੀਨਾਂ ਆ ਗਈਆਂ ਤਾਂ ਕਿਸਾਨ ਭਰਾਵਾਂ ਨੂੰ ਅਸੀਂ ਦਿਖਾ ਦਿਆਂਗੇ ਵੀ ਆਹ ਦੇਖੋ ਬਾਈ ਗਾਹ ਪਾਈ ਜਾਂਦੀ, ਹਾਂਜੀ ਹਾਂਜੀ, ਹਾਂ ਸਹੀ ਹੈ ਨਾ, ਬਿਲਕੁਲ ਬਿਲਕੁਲ, ਤੇ ਬਾਕੀ ਇੱਦਾਂ ਦੇਖੋ ਜੀ ਉੱਤੋਂ ਦਾ ਵਿਊ ਇੱਦਾਂ ਆ ਰਿਹਾ ਹੈਗਾ ਕੈਬਨ ਦੇ ਵਿੱਚੋਂ, ਜੇ ਮੈਂ ਵਿਊ ਦੀ ਗੱਲ ਕਰਾਂ ਤਾਂ ਬਿਲਕੁਲ ਕਟਰ ਕਲੀਅਰ ਦਿਖ ਰਿਹਾ ਹੈਗਾ, ਮੈਂ ਕਹਿੰਦਾ ਵੱਖਰੇ ਨਜ਼ਾਰਾ ਹੈਗਾ, ਮੇਰਾ ਜੀ ਕਰਦਾ ਵੀ ਇੱਕ ਦਿਨ ਬਾਲਾ ਚਿਰ ਤਾਂ ਨਹੀਂ ਮੈਂ ਵੱਢ ਸਕਦਾ, 5-7 ਗੇੜੇ ਜ਼ਰੂਰ ਲਾ ਦੂੰਗਾ, ਬਿਲਕੁਲ ਆਇਓ ਤੁਸੀਂ ਆਪਾਂ ਚੱਲਾਂਗੇ ਹਨਾ, ਤੁਹਾਨੂੰ ਮਸ਼ੀਨ ਚਲਵਾ ਕੇ, ਸਹੀ ਹੈ ਸਹੀ ਹੈ ਸਹੀ ਹੈ, ਤੇ ਬਾਕੀ ਸਰ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਜਿੰਨੀ ਵੀ ਨੌਲੇਜ ਸਾਡੇ ਨਾਲ ਸ਼ੇਅਰ ਕੀਤੀ ਤੇ ਉਹ ਬੜੀ ਕਲੀਅਰ ਜੀ ਕੀਤੀ, ਹਾਂਜੀ ਠੀਕ ਹੈ, ਵੀ ਇੱਕ ਚੀਜ਼ ਮੇਰਾ ਸਾਡਾ ਮਤਲਬ ਇਹ ਹੁੰਦਾ ਵੀ ਸਿੰਪਲ ਜੀ ਭਾਸ਼ਾ 'ਚ ਬੰਦੇ ਨੂੰ ਗੱਲ ਸਮਝ ਆ ਜੇ, ਹਾਂਜੀ ਹਾਂ, ਬਸ ਇੰਨਾ ਹੀ ਹੁੰਦਾ ਹੈਗਾ, ਤੇ ਇਹਦੇ ਵਿੱਚ ਆਪਾਂ ਅਗਰ ਅੱਜ ਕਿਸੇ ਨੂੰ ਕਿਸੇ ਪਰਦੇ ਦੇ ਪਿੱਛੇ ਕੋਈ ਚੀਜ਼ਾਂ ਰੱਖ ਕੇ ਆਪਾਂ ਮਾਰਕੀਟ ਦੇ ਵਿੱਚ ਕੋਈ ਸੇਲ ਕਰ, ਸਹੀ ਹੈ ਠੀਕ ਹੈ, ਆਪਣਾ ਉਹਦੇ ਨਾਲ ਬ੍ਰਾਂਡ ਇਮੇਜ ਖਰਾਬ, ਬਿਲਕੁਲ ਬਿਲਕੁਲ ਬਿਲਕੁਲ, ਰਵੀ ਜੀ ਦੱਸਣੀ ਹੀ ਉਨੀ ਚੀਜ਼ ਚਾਹੀਦੀ ਹੈ ਜੋ ਹੈ ਜੋ ਹੈ ਬਿਲਕੁਲ, ਅਸੀਂ ਵੀ ਇਹੀ ਚਾਹੁੰਦੇ ਨਾਲ ਵੀ ਇੰਡੀਆ ਦੇ ਵਿੱਚ ਇਸ ਮਸ਼ੀਨ ਤੋਂ ਉੱਪਰ ਜੋ ਚੀਜ਼ਾਂ ਇਹਦੇ ਵਿੱਚ
ਝੋਨੇ ਦੇ ਵਿੱਚ ਜਿੱਦਾਂ 21-26 ਬੀਨ ਹੈ ਜਿਹੜੇ ਉਹ ਕਾਫੀ ਹੱਦ ਤੱਕ ਉਹ ਚੀੜੇ ਬੀਨ ਹੈਗੇ ਹਾਰਡ ਬੀਨ ਨੇ ਬਹੁਤ ਵੀ ਉਹਨਾਂ ਨੂੰ ਕੰਬਾਈਨ ਫਿਰ ਸਲੋ ਚਲਾਉਣੀ ਪੈਂਦੀ ਹੈ ਕਾਫੀ ਇੱਥੇ ਹੁਣ ਸਲੋ ਨਹੀਂ ਚੱਲਣੀ ਹੈ ਇਹਦੇ ਨਾਲ ਇਹ ਜਿੱਦਾਂ ਆਮ ਰੈਗੂਲਰ ਚੱਲਦੀ ਹੈ ਮਸ਼ੀਨ ਉਦਾਂ ਹੀ ਚੱਲੂਗੀ ਪੂਰਾ ਵਧੀਆ ਤੋਰਾ ਲਊ ਕੰਮ ਦਾ ਜਿਹੜਾ ਨਵੇੜਾ ਉਹ ਜਲਦੀ ਹੋਊਗਾ ਠੀਕ ਹੈ ਜੀ ਕਣਕ ਦੇ ਵਿੱਚ ਵੀ ਇਹਦਾ ਇਹ ਫਾਇਦਾ ਹੈਗਾ ਵੀ ਜਿੱਦਾਂ ਦੇਰ ਰਾਤ ਤੱਕ ਜਦੋਂ ਮਸ਼ੀਨ ਆਪਾਂ ਚਲਾਉਂਦੇ ਹਾਂ ਜ਼ਿਆਦਾ ਦੇਰ ਚੱਲਣਗੀਆਂ ਹਾਂਜੀ ਵੀ ਇਹਦੀ ਜ਼ਿਆਦਾ ਦੇਰ ਆਪਾਂ ਕਹਿ ਸਕਦੇ ਵੀ ਕੰਮ ਵੱਧ ਕਰਨਗੀਆਂ ਵੱਧ ਕਰਨਗੀਆਂ ਠੀਕ ਹੈ ਜੀ ਕਿਉਂਕਿ ਇਹਨੂੰ ਜ਼ਿਆਦਾ ਬਾਸਕਟ ਟਾਈਟ ਕਰਨ ਦੀ ਜ਼ਰੂਰਤ ਨਹੀਂ ਪੈਣੀ ਅੰਦਰ ਥਰੈਸ਼ਰ ਗਾਈਡ ਡਰੰਮ ਨੇ ਦੇਖੋ ਜਿੰਨਾ ਬਾਸਕਟ ਟਾਈਟ ਥਰੈਸ਼ਰ ਟਾਈਟ ਕਰਾਂਗੇ ਮਸ਼ੀਨ ਓਵਰਲੋਡ ਹੋਈ ਜਾਣੀ ਹੈ ਬਿਲਕੁਲ 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 ਲੋਡ ਪਈ ਜਾਣਾ ਹੌਲੀ ਹੋਈ ਜਾਣੀ ਹੈ ਡੀਜ਼ਲ ਵੀ ਵੱਧ ਖਾਊਗੀ ਤੇ ਸਪੀਡ ਵੀ ਘਟ ਜਾਣੀ ਸਪੀਡ ਵੀ ਘਟ ਜੂ ਤੇ ਸ਼ਾਫਟ ਟੁੱਟਣ ਦਾ ਡਰ ਹੋ ਜਾਂਦਾ ਹੈ ਕੋਈ ਅਣਜਾਣ ਬੰਦਾ ਜ਼ਿਆਦਾ ਫੁੱਲ ਸਪੀਡ ਦੇ ਚੱਕਰ ਕਰਕੇ ਫੁੱਲ ਬਾਸਕਟ ਟਾਈਟ ਕਰ ਬਿਲਕੁਲ ਬਿਲਕੁਲ ਤਾਂ ਮਸ਼ੀਨ ਤੇ ਤਾਂ ਉਧਰੋਂ ਜ਼ਿਆਦਾ ਤੇਜ਼ ਤੋਰ ਦੀ ਲੋਡ ਪੈ ਜੂਗੀ ਠੀਕ ਹੈ ਵੀ ਕੋਈ ਲਾਸ ਵਗੈਰਾ ਉਹ ਚੀਜ਼ਾਂ 'ਚ ਖਤਮ ਹੋ ਗਈਆਂ ਨਾਰਮਲ ਢਿੱਲੀਆਂ ਬਾਸਕਟਾਂ ਦੇ ਨਾਲ ਹੀ ਚੱਲਣੀਆਂ ਸਵੇਰੇ ਸ਼ਾਮ ਤੁਹਾਨੂੰ ਥੋੜ੍ਹੀ ਮੋਤੀ ਜ਼ਰੂਰਤ ਹੈਗੀ ਲਗਾ ਲਓ ਠੀਕ ਹੈ ਵੀ ਅੰਦਰ ਆਵਾਜ਼ਾਂ ਨਹੀਂ ਆਉਣਗੀਆਂ ਬਿਲਕੁਲ ਸਹੀ ਹੈ ਸਹੀ ਹੈ ਬੇਝਿਜ ਹੋ ਕੇ ਲਓ ਮਸ਼ੀਨ ਕੋਈ ਗੱਲ ਨਹੀਂ ਤੇ ਬਾਕੀ ਸਰ ਸਾਡੀ ਫੀਲਡ 'ਚ ਤੁਹਾਨੂੰ ਮਿਲਣਾ ਅਵੇਲੇਬਲ ਹੈ ਬਾਕੀ ਸਰਵਿਸ ਤੁਹਾਡੀ ਬਹੁਤ ਵਧੀਆ ਹੈਗੀ ਮੰਨ ਲਓ ਅਸੀਂ ਵੀ ਇਹ ਕਹਿ ਦਿੰਦੇ ਹਾਂ ਵੀ ਯਾਰ ਜੇ ਉਹਨਾਂ ਚੀਜ਼ ਲਿਆਉਂਗੇ ਤਾਂ ਤੁਹਾਡੀ ਗੱਲ ਨਾ ਸੁਣ ਤਾਂ ਸਾਨੂੰ ਦੱਸ ਦਿਓ ਔਰ ਕਹਿੰਦੇ ਬਾਈ ਸਾਨੂੰ ਨੌਬਤੀ ਨਹੀਂ ਆਉਂਦੀ ਹਾਂਜੀ ਹਾਂਜੀ ਨਹੀਂ ਇਦਾਂ ਦਾ ਕੋਈ ਕਸਟਮਰ ਅੱਜ ਤੱਕ ਨਾ ਸਾਡੇ ਕੋਲੇ ਬਹੁਤ ਸਾਰੀਆਂ ਕੰਪਨੀਆਂ ਦੇ ਨਾ ਬੰਦੇ ਕਈ ਹੁੰਦੇ ਇੱਕ ਸਾਨੂੰ ਜਿਵੇਂ ਹੁਣ ਸਾਨੂੰ ਦੇਖਦੇ ਸਾਡੇ ਤੇ ਲੋਕ ਮਾਣ ਕਰਦੇ ਆ ਵੀ ਯਾਰ ਅਸੀਂ ਇਹਨਾਂ ਨੂੰ ਕਹਿ ਕੇ ਹੱਲ ਕਰਵਾ ਲਾਂਗੇ ਪਰ ਤੁਹਾਡਾ ਲਾਂਭਾ ਨਹੀਂ ਬਾਈ ਸਾਨੂੰ ਠੀਕ ਹੈ ਵੈਸੇ ਸਾਨੂੰ ਕਿਸੇ ਨੇ ਫੋਨ ਨਹੀਂ ਕੀਤਾ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਵੀ ਹਰ ਕਸਟਮਰ ਨੂੰ ਖੁਸ਼ ਰੱਖਿਆ ਜਾਵੇ ਨਹੀਂ ਨਹੀਂ ਬਿਲਕੁਲ ਤੇ ਹੁਣ ਤੱਕ ਕਸਟਮਰ ਵੀ ਸਾਰੇ ਸੈਟੀਸਫਾਈ ਨੇਗੇ ਜੇ ਮੇਰਾ ਕੋਈ ਵੀਰ ਨਹੀਂ ਵੀ ਹੈਗਾ ਉਹ ਵੀ ਕੰਟੈਕਟ ਕਰੋ ਨਹੀਂ ਨਹੀਂ ਬਿਲਕੁਲ ਨਹੀਂ ਹੈਗੀ ਹੈ ਲਗਭਗ ਕੋਈ ਦੇਖੋ ਥੋੜੀਆਂ ਬਹੁਤੀਆਂ ਚੱਲਦੀਆਂ ਚੀਜ਼ਾਂ ਜਾਂ ਪ੍ਰੋਬਲਮ ਆਉਂਦੀਆਂ ਇਹ ਤਾਂ ਬਣੀਆਂ ਆਈਆਂ ਗੱਲਾਂ ਪਰ ਤੁਹਾਡੇ ਕਸਟਮਰ ਸੰਤੁਸ਼ਟ ਹੈ ਬਾਕੀ ਤੇ ਥੈਂਕ ਯੂ ਸਰ ਤੁਸੀਂ ਸਮਾਂ ਦਿੱਤਾ ਆਪਦਾ ਬਹੁਤ ਕੀਮਤੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਤੁਸੀਂ ਕੰਪਨੀ ਨੂੰ ਕੰਟੈਕਟ ਕਰ ਸਕਦੇ ਹੋ ਇੱਥੇ ਵਿਜ਼ਿਟ ਕਰ ਸਕਦੇ ਹੋ ਦੇਖ ਸਕਦੇ ਹੋ ਸਭ ਕੁਝ ਤੇ ਬਾਕੀ ਸਰ ਨੂੰ ਤੁਸੀਂ ਮਿਲ ਲਿਓ ਥੈਂਕ ਯੂ ਜੀ ਥੈਂਕ ਯੂ